भाइयों बहन, जैसे आपको पता है कि पंजाब का विधानसभा का बजट सेशन शुरू हो चुका है। आज बजट सेशन में बहुत कुछ हमें देखने को मिला, जैसे आज पंजाब विधानसभा में श्रोमणी अकाली दल और बीजेपी ने संयुक्त रूप से प्रेस वार्ता करके पंजाब के मिस्टर श्री भारत भूषण आशू पर संगीन आरोप लगाए। उन्होंने ये कहा कि लुधियाना गुड़ मंडी में जो बम ब्लास्ट हुआ था उनमें उनकी बहुत बड़ी मात्रा में उनका योगदान था, और ये सब बातें हम अपने दर्शकों को उनकी प्रेस कॉन्फ्रेंस के जरिए हम आपको दिखा रहे हैं। बहुत बहुत धन्यवाद जी। अज दो अहम मुद्दे लेके थोड़े को आए हैं, और सब तो पहला तो जेड़ा मुद्दा जिन्हें सारे गुरु नानक नाम लेवा संगत नू बहुत वड्डी ठेस पहुँचाई सी, बड़ी वड्डी उस गल दा रोस सी, और अफसोस नाल मैनू कहना पैंदा है कि उस स्टेटमेंट दी कंडेम करन वास्ते मौजूदा कांग्रेस सरकार नू 4-5 दिन लग गए, और उहदा मैं समझदा कारण भी इह बणिया क्योंकि सोनिया गांधी ते राहुल गांधी तो जिहड़ी परमिशन लैनी सी ਕਿੱਥੇ ਉਹ ਪਰਮਿਸ਼ਨ ਮਿਲੀ ਨਹੀਂ ਸੀ, ਅਤੇ ਕੱਲ੍ਹ ਦਿੱਲੀ ਤੋਂ ਮੁੱਖ ਮੰਤਰੀ ਸਾਹਿਬ ਲੱਗਦਾ ਪਰਮਿਸ਼ਨ ਲੈਣ ਗਏ ਸੀ, ਪਰਮਿਸ਼ਨ ਲੈ ਕੇ ਮੁੜੇ, ਔਰ ਉਹਨਾਂ ਨੇ ਅੱਜ ਗੋਲਮੋਲ ਤਰੀਕੇ ਨਾਲ ਹੀ ਸਹੀ, ਮਗਰ ਉਹਨਾਂ ਨੇ ਇਹ ਗੱਲ ਨੂੰ ਕੰਡੈਮ ਕੀਤਾ ਕਿ ਜੋ ਡੀ ਜੀ ਪੀ ਸਾਹਿਬ ਦਾ ਬਿਆਨ ਸੀ ਔਰ ਜੋ ਕਾਂਗਰਸ ਪਾਰਟੀ ਦੀ ਸੋਚ ਸੀ। ਦੇਖੋ ਇੱਕ ਜਗ੍ਹਾ ਉਹ ਸਟੇਟਮੈਂਟ 'ਚ ਰਿਕਾਰਡ ਕੀਤਾ ਡੀ ਜੀ ਪੀ ਸਾਹਿਬ ਨੇ ਕਿ ਮੈਨੂੰ ਜਦ ਆਈ ਬੀ 'ਚ ਲੈ ਕੇ ਗਏ ਸੀ, ਲੈ ਕੇ ਕੌਣ ਗਿਆ ਸੀ, ਸੋਨੀਆ ਗਾਂਧੀ ਦੀ ਸਰਕਾਰ, ਉਹ ਯੂ ਪੀ ਏ ਦੇ ਚੇਅਰਪਰਸਨ ਸਨ, ਲੈ ਕੇ ਗਏ ਸਨ, ਉਹਨਾਂ ਨੂੰ ਇੱਕ ਡਿਊਟੀ ਦਿੱਤੀ ਸੀ ਕਿ ਇਹ ਜਿਹੜਾ ਕੋਰੀਡੋਰ ਹੈ ਇਹ ਨਹੀਂ ਖੋਲ੍ਹਣਾ ਚਾਹੀਦਾ, ਔਰ ਇਹ ਗੱਲ ਇਸ ਗੱਲ ਤੋਂ ਹੀ ਸਪੱਸ਼ਟ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਉਦੋਂ ਫੈਸਲਾ ਸਹੀ ਕਰ ਦਿੰਦੇ ਅਤੇ ਕਰਤਾਰਪੁਰ ਸਾਹਿਬ ਪੰਜਾਬ 'ਚ ਸਾਡੇ 'ਚ ਹੋਣਾ ਸੀ, ਉੱਧਰ ਨਹੀਂ ਹੋਣਾ ਸੀ, ਪਾਕਿਸਤਾਨ 'ਚ ਨਹੀਂ ਹੋਣਾ ਸੀ, ਮਗਰ ਉਹਨਾਂ ਨੇ ਨਹੀਂ ਕਾਰਵਾਈ ਆਪਦੀ ਸਹੀ ਅਪਣਾਈ। ਉਸ ਤੋਂ ਬਾਅਦ ਇੰਦਰਾ ਗਾਂਧੀ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ, ਉਹਨਾਂ ਨੇ ਨਹੀਂ ਖੋਲ੍ਹਣ ਦਿੱਤਾ, ਰਾਜੀਵ ਗਾਂਧੀ ਨੇ ਨਹੀਂ ਖੋਲ੍ਹਣ ਦਿੱਤਾ, ਉਸ ਤੋਂ ਬਾਅਦ ਸੋਨੀਆ ਗਾਂਧੀ ਨੇ ਵੀ ਉਸ ਗੱਲ ਨੂੰ ਫੋਲੋ ਕੀਤਾ, ਨਹੀਂ ਖੋਲ੍ਹਣ ਦਿੱਤਾ, ਔਰ ਇਹੀ ਕਾਰਨ ਬਣਿਆ ਕਿ ਜਿਹੜਾ ਉਹਨਾਂ ਦਾ ਹੈਂਡਪਿਕ ਅਫਸਰ ਸੀ ਕਾਂਗਰਸ ਦੀ ਸੋਚ ਨੂੰ ਜਗ ਜ਼ਾਹਰ ਕਰਦੇ ਹੋਏ, ਕਿਤੇ ਗਲਤੀ ਨਾਲ ਕਹਿ ਲਓ, ਸਹਿਸਭਾ ਕਹਿ ਲਓ, ਰੱਬ ਦੀ ਮਿਹਰ ਕਹਿ ਲਓ, ਕਿ ਉਹ ਸੱਚ ਨੂੰ ਕਬੂਲ ਹੀ ਗਏ ਕਿ ਕਾਂਗਰਸ ਕੀ ਕਰਦੀ ਰਹੀ ਆ ਆਪਣੇ ਸ਼ਾਸਨ ਕਾਲ 'ਚ। ਚਲੋ ਅੱਜ ਮੈਂ ਇਸ ਗੱਲ ਨੂੰ ਜ਼ਿਆਦਾ ਨਹੀਂ ਵਧਾਉਂਦਾ ਕਿਉਂਕਿ ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜਾਂ ਅਫਸਰ ਵਿਸ਼ੇਸ਼ ਨਾਲ ਨਹੀਂ ਹੈ। ਇਸ ਗੱਲ ਨੂੰ ਸੀਐਮ ਸਾਹਿਬ ਨੇ ਕਬੂਲਿਆ, ਔਰ ਆਪਦੇ ਰੰਗੀਨ ਮਜ਼ਾਜ 'ਚ ਕਹਿ ਲਓ ਗੋਲਮੋਲ ਢੰਗ ਨਾਲ ਉਹਨੇ ਉਹਨਾਂ ਉਸ ਗੱਲ ਨੂੰ ਕੰਡੈਮ ਕਰਤਾ, ਔਰ ਇਹ ਕਿਹਾ ਕਿ ਅਸੀਂ ਕੋਰੀਡੋਰ ਨੂੰ ਚਾਹੁੰਦੇ ਕਿ ਖੁੱਲ੍ਹੇ। ਇਹ ਪਹਿਲੀ ਵਾਰੀ ਕਾਂਗਰਸ ਪਾਰਟੀ ਨੇ ਗਾਂਧੀ ਪਰਿਵਾਰ ਦੇ ਉਲਟ ਜਾ ਕੇ ਅੱਜ ਵਿਧਾਨ ਸਭਾ ਦੇ ਆਪੋਜੀਸ਼ਨ ਦੇ ਮੈਂਬਰਾਂ ਦੇ ਰੋਸ ਅੱਗੇ ਔਰ ਪੰਜਾਬ ਦੇ ਲੋਕਾਂ ਦੇ ਰੋਸ ਅੱਗੇ ਝੁਕਦਿਆਂ, ਗੁਰੂ ਨਾਨਕ ਨਾਮ ਲੇਵਾ ਸੰਗਤ ਅੱਗੇ ਝੁਕਦਿਆਂ ਅੱਜ ਗਾਂਧੀ ਪਰਿਵਾਰ ਤੋਂ ਉਲਟ ਲਾਈਨ ਅੱਜ ਕਾਂਗਰਸ ਨੇ ਲੈਂਦਿਆਂ ਇਹ ਗੱਲ ਆਖਣੀ ਪਈ ਕਿ ਹਾਂ ਜੀ ਅਸੀਂ ਚਾਹੁੰਦੇ ਸੀ ਕੋਰੀਡੋਰ ਖੁੱਲ੍ਹੇ। ਮਗਰ ਅਫਸੋਸ ਦੀ ਗੱਲ ਇਹ ਹੈ ਕਿ ਫਿਰ ਉਹਦੇ 'ਚ ਗੱਲ ਪਾਤੀ ਕਿ ਜੀ ਉੱਥੇ ਜੱਫੀਆਂ ਪੈਂਦੀਆਂ ਨੇ, ਜੱਫੀਆਂ ਪਾਉਣ ਵਾਲੇ ਤਾਂ ਤੁਹਾਡੇ ਹੀ ਸੀ, ਕਿਸੇ ਹੋਰ ਨੇ ਤਾਂ ਪਾਈ ਨਹੀਂ ਬਾਜਵਾ ਜੀ ਨੂੰ ਜੱਫੀ। ਫਿਰ ਇਹ ਗੱਲ ਵੀ ਕਹਿ ਦਿੱਤੀ ਜੀ ਉੱਥੋਂ ਡਰੋਨ ਆਉਂਦਾ, AK-47 ਆਉਂਦੀ ਹੈ,
ਉਹ ਗੱਲ ਦਾ ਵੀ ਜਵਾਬ ਨਹੀਂ ਦਿੱਤਾ। ਮੈਂ ਕਿਹਾ ਜੀ ਇਹ ਸ਼ਰਧਾਲੂ ਲੈ ਕੇ ਆਉਂਦੇ ਕਿ ਊਂ ਪਹਿਲਾਂ ਤੋਂ ਹੀ ਤਰੀ ਆਉਂਦੀ ਹੈ ਪਾਕਿਸਤਾਨ ਦੀ ਅੱਜ ਦੀ ਰਾਜਨੀਤੀ ਹੈ। ਚਲੋ ਮਗਰ ਉਹ ਗੱਲ ਮੁੱਕੀ। ਨਾਓ ਕਮਿੰਗ ਟੂ ਦਾ ਮੇਨ ਪੁਆਇੰਟ, ਵੱਡੀ ਗੱਲ ਜਿਹੜੀ ਉੱਥੇ ਸਪੀਕਰ ਸਾਹਿਬ ਨੇ ਨਹੀਂ ਕਰਨ ਦਿੱਤੀ, ਔਰ ਅੱਜ ਮੈਂ ਤੁਹਾਨੂੰ ਉਹ ਸਾਰੀ ਚੀਜ਼ਾਂ ਤੁਹਾਡੇ ਧਿਆਨ 'ਚ ਰੱਖਣਾ ਚਾਹੂੰਗਾ ਕਿ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਦੁੱਖ ਨਾਲ ਕਹਿਣਾ ਪੈਂਦਾ ਕਿ ਇੱਕ ਅਫਸਰ ਨੇ ਉਹਨੂੰ ਡਿਊਟੀ ਦਿੱਤੀ ਗਈ। ਦੇਖੋ ਐਨੀ ਆਫਿਸਰ ਆਫ ਦਾ ਪੰਜਾਬ ਗਵਰਨਮੈਂਟ, ਉਹਦੇ ਕੋਲ ਦੋ ਰਸਤੇ ਨੇ। ਜਦੋਂ ਉਹਨੂੰ ਇਨਕੁਆਇਰੀ ਮਾਰਕ ਹੁੰਦੀ ਹੈ, ਇਧਰ ਉਹ ਐਕਸੈਪਟ ਕਰੇ ਔਰ ਸਹੀ ਕੰਮ ਕਰੇ, ਜਾਂ ਆਪਦੇ ਆਪ ਨੂੰ ਉਸ ਇਨਕੁਆਇਰੀ ਤੋਂ ਰਿਕਿਊਜ਼ ਕਰ ਜੇ, ਹਟ ਜੇ, ਔਰ ਅਫਸਰ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ। ਹੁਣ ਉਹ ਇਨਕੁਆਇਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼, ਜਾਂ ਜਿਹੜੇ ਕਾਂਗਰਸੀ ਸਰਕਾਰੀ ਖਜ਼ਾਨੇ ਨੂੰ ਖੋਰਾ ਲਾ ਰਹੇ ਸੀ, ਸਰਕਾਰੀ ਖਜ਼ਾਨੇ ਦੀ ਲੁੱਟ ਕਰ ਰਹੇ ਸੀ, ਉਹਦੀ ਇਨਕੁਆਇਰੀ ਦਿੱਤੀ ਕਿਹਨੇ? ਕਿਸੇ ਆਪੋਜੀਸ਼ਨ ਦੇ ਮੈਂਬਰਾਂ ਨੇ ਨਹੀਂ ਦਿੱਤੀ। ਉਸ ਵੇਲੇ ਦੇ ਲੋਕਲ ਬਾਡੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਨੇ ਆਪ ਹੈਂਡਪਿਕ ਇੱਕ ਅਫਸਰ ਕੀਤਾ, ਉਸ ਨੂੰ ਇਨਕੁਆਇਰੀ ਮਾਰ ਕੀਤੀ ਕਿ ਆ ਲੋਕਲ ਬਾਡੀ ਦਫ਼ਤਰ ਦੇ ਆ ਜਿਹੜਾ ਲੈਂਡ ਯੂਸ ਚੇਂਜ 'ਚ ਇੱਕ ਬੜੀ ਵੱਡੀ ਧਾਂਦਲੀ ਕੀਤੀ ਜਾ ਰਹੀ ਆ। ਉਸ ਧਾਂਦਲੀ 'ਚ ਕਾਂਗਰਸ ਦੇ ਮਿਨਿਸਟਰ ਅਤੇ ਉਹਨਾਂ ਦੇ ਸਾਥੀ ਸ਼ਾਮਿਲ ਨੇ। ਇਹਦੀ ਸੱਚ ਦੀ ਇਨਕੁਆਇਰੀ ਹੋਵੇ। ਉਸ ਬੰਦੇ ਨੇ ਹੁਕਮ ਮੰਨਦਿਆਂ ਇਨਕੁਆਇਰੀ ਕਰਤੀ। ਇਨਕੁਆਇਰੀ ਤੋਂ ਬਾਅਦ ਵੇਖੋ ਕੀ ਹੋਇਆ, ਕਿ ਰੌਲਾ ਪੈ ਗਿਆ। ਉਹ ਵੀਡੀਓ ਇੱਥੇ ਤੱਕ ਆਡੀਓ ਆਈ, ਜਦੋਂ ਉਸ ਅਫਸਰ ਨੂੰ ਮਿਨਿਸਟਰ ਵੱਲੋਂ ਥਰੈਟ ਕੀਤਾ ਗਿਆ ਔਰ ਉਹਨੂੰ ਇੱਥੋਂ ਤੱਕ ਕਿਹਾ ਕਿ ਮੈਂ ਤੈਨੂੰ ਵੇਖ ਲੂੰਗਾ, ਔਰ ਫਿਰ ਇਹ ਗੱਲ ਕਹੀ ਕਿ ਤੂੰ ਹਾਈਕੋਰਟ ਨੂੰ ਵੀ ਜਾ ਕੇ ਦੱਸ ਦੀ ਕਿ ਮੰਤਰੀ ਹੋਣ ਨਹੀਂ ਦਿੰਦਾ। ਉਸ ਵੇਲੇ ਵੀ ਵਿਧਾਨ ਸਭਾ 'ਚ ਜਦ ਰੌਲਾ ਪੈਂਦਾ, ਕੋਈ ਉਸ ਅਫਸਰ ਦੇ ਸਾਥ ਨਹੀਂ ਖਲੋਤਾ। ਔਰ ਅੱਜ ਉਹਦਾ ਰਿਜ਼ਲਟ ਕੀ ਨਿਕਲਿਆ? ਅੱਜ ਮੈਂ ਸਮਝਦਾ ਇਸ਼ੂ ਇਜ਼ ਨੋਟ ਅਬਾਊਟ ਵਨ ਬਲਵਿੰਦਰ ਸੇਖੋਂ, ਅੱਜ ਇਸ਼ੂ ਡਾਊਨ ਦਾ ਲਾਈਨ ਅਫਸਰ ਸ਼ਾਹੀ ਨੂੰ ਇੱਕ ਭੇਜਤਾ, ਜਿਹੜਾ ਅੜੇ ਸੋ ਝੜੇ, ਜਿਹੜਾ ਸਰਕਾਰੀ ਖਜ਼ਾਨੇ ਦੀ ਲੁੱਟ ਨੂੰ ਕਿਸੇ ਕਾਂਗਰਸੀ ਵੱਲੋਂ ਜੇ ਕੀਤੀ ਜਾ ਰਹੀ ਹੈ, ਉਸ ਲੁੱਟ ਨੂੰ ਜੇ ਕੋਈ ਅਫਸਰ ਰੋਕੂਗਾ ਤੇ ਉਹਦੇ ਨਾਲ ਬਲਵਿੰਦਰ ਸੇਖੋਂ ਵਾਲੀ ਹੋਊਗੀ। ਹੀ ਵਿਲ ਬੀ ਡਿਸਮਿਸਡ ਔਰ ਸਸਪੈਂਡਡ ਐਂਡ ਦੈਨ ਡਿਸਮਿਸਡ ਫਰੋਮ ਸਰਵਿਸ। ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਹਾਲਾਤਾਂ ਤੋਂ ਬਾਅਦ ਕੋਈ ਐਕਸਾਈਜ਼ ਦਾ ਆਫਿਸ਼ੀਅਲ ਜਾਂ ਕੋਈ ਰੈਵਨਿਊ ਦਾ ਆਫਿਸ਼ੀਅਲ ਜਾਂ ਕੋਈ ਲੋਕਲ ਬਾਡੀ ਦਾ ਆਫਿਸ਼ੀਅਲ ਕਿਸੇ ਦੇ ਹਿੰਮਤ ਰਹਿ ਜੂਗੀ ਟੂ ਚੈਲੇਂਜ ਦਾ ਰੂਲਿੰਗ ਅਲੀਟ, ਟੂ ਚੈਲੇਂਜ ਦਾ ਰੂਲਿੰਗ ਪਾਰਟੀ? ਸੋ ਅੱਜ ਜਿਹੜਾ ਪ੍ਰੈਸੀਡੈਂਟ ਸੈੱਟ ਹੋਇਆ, ਇਹਦਾ ਪ੍ਰੈਸੀਡੈਂਟ ਬਹੁਤ ਇਹਦੇ ਖਤਰਨਾਕ ਸਿੱਟੇ ਆਉਣ ਵਾਲੇ ਸਮੇਂ 'ਚ ਨਿਕਲਣਗੇ। ਪਹਿਲਾਂ ਵੀ ਮਾਈਨਿੰਗ ਅਫਿਸ਼ਲਾਂ ਨੂੰ, ਟਹਿਲ ਸਿੰਘ ਸੇਖੋਂ ਵਰਗਿਆਂ ਨੂੰ ਕਿਵੇਂ ਕੁੱਟਿਆ ਗਿਆ, ਆ ਮੋਹਾਲੀ 'ਚ ਜਾਨਲੇਵਾ ਹਮਲੇ ਹੋਏ, ਔਰ ਹੁਣ ਨੈਕਸਟ ਸਟੈਪ 'ਤੇ ਚਲੇ ਗਏ ਆ ਕਿ ਜਾਨਲੇਵਾ ਹਮਲੇ ਵੀ ਕਾਂਗਰਸੀ ਕਰਨਗੇ ਔਰ ਮੁੜ ਵਿਧਾਨ ਸਭਾ 'ਚ ਫਲੋਰ ਆਫ ਦਾ ਹਾਊਸ ਇੱਕ ਮੁੱਖ ਮੰਤਰੀ ਕੋਲ ਅਫਸਰਾਂ ਨੂੰ ਆਸ ਹੁੰਦੀ ਹੈ, ਔਰ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਡਿਸਮਿਸ ਕਰੂੰ। ਹੁਣ ਦੂਜੀ ਗੱਲ ਦੇਖੋ, ਇਹ ਕੇਸ ਹੈ ਕਿ ਅਸੀਂ ਬੜੀ ਸਿੰਪਲੀ ਗੱਲ ਕਹੀ ਕਿ ਜਿਹੜਾ ਇਹ ਕੇਸ ਹੈ, ਦੋਹਰੇ ਮਾਪਦੰਡ ਤਾਂ ਨਹੀਂ ਹੋ ਸਕਦੇ ਨਾ ਇੱਕੋ ਕੇਸ 'ਚ। ਤੁਸੀਂ ਵਿਰਸਾ ਸਿੰਘ ਬਲਟੋਹੇ ਦਾ 36 ਸਾਲ ਪੁਰਾਣਾ ਕੇਸ, ਜਿਹਦੇ 'ਚ ਜਿਸ ਵੇਲੇ ਉਹ ਜੇਲ੍ਹ 'ਚ ਸਨ, ਵਿਰਸਾ ਸਿੰਘ ਬਲਟੋਹਾ 9 ਸਾਲ ਜੇਲ੍ਹ 'ਚ ਰਹੇ ਆ, ਉਹਦੀ ਉਹ ਕਹਿੰਦੇ ਟਰਾਇਲ ਹੋਈ, ਚਲਾਨ ਪੇਸ਼ ਹੋਇਆ, ਸਰਕਾਰ ਕਹਿੰਦੀ ਨਹੀਂ ਉਹਦਾ ਟਰਾਇਲ ਨਹੀਂ ਹੋਈ, ਚਲਾਨ ਨਹੀਂ ਪੇਸ਼ ਹੋ। ਐਨੀਵੇਜ਼ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਸਰਕਾਰ ਨੇ ਆਫਟਰ 36 ਈਅਰਸ
ਉਹਦੇ 'ਚ ਚਲਾਨ ਪੇਸ਼ ਕਰਤਾ। ਅਸੀਂ ਇਹੀ ਗੱਲ ਉਹਨਾਂ ਨੂੰ ਪੁੱਛੀ ਕਿ ਜੇ 36 ਸਾਲ ਬਾਅਦ ਇੱਕ ਫਾਰਮਰ ਲੈਜਿਸਲੇਟਰ 'ਤੇ ਚਲਾਨ ਪੇਸ਼ ਹੋ ਸਕਦਾ ਹੈ ਤਾਂ ਕੀ ਭਾਰਤ ਭੂਸ਼ਣ ਆਸ਼ੂ ਇਜ਼ ਅਬਵ ਦੀ ਲਾਅ? ਰੂਲਿੰਗ ਪਾਰਟੀ ਦੇ MLA ਵਜ਼ੀਰ ਇਹ ਅਬਵ ਦੀ ਲਾਅ ਨੇ, ਇਹਨਾਂ ਲਈ ਕਲੀਨ ਚਿੱਟ। ਔਰ ਜਦ ਵੀ ਇਹਨਾਂ ਦਾ ਮੰਤਰੀ ਕਿਸੇ ਪੁੱਠੇ ਸਿੱਧੇ ਕੰਮ 'ਚ ਉਹਦਾ ਉਹਦੀ ਕਲੀਨ ਚਿੱਟ ਨਾ। ਬੜੀ ਖਦਸ਼ਾ ਜ਼ਾਹਰ ਕੀਤੀ ਗਈ ਕਿ ਜੀ ਉੱਥੋਂ ਅਸਲਾ ਆ ਰਿਹਾ, ਇਹ ਖਦਸ਼ਾ ਜ਼ਾਹਰ ਕੀਤੀ ਗਈ ਕਿ ਉਹ ਮਾੜੀ ਗੱਲ ਨਾ ਕਰੋ। ਉਦੋਂ ਤਾਂ ਬੜੇ ਪੰਜਾਬੀ ਮਾਰੇ ਗਏ, ਪੁਲਿਸ ਵਾਲੇ ਮਾਰੇ ਗਏ, ਅਤੇ ਜਿਹਨੇ ਬੰਬ ਬਣਾਉਣ ਤੱਕ ਜਿਹਨੇ ਅਸਲਾ ਜਿਹੜੇ ਟੈਰਰਿਸਟ ਹੀ ਪਨਾਹ ਦੇਣ ਦਾ ਕੰਮ ਕੀਤਾ ਉਹ ਤੁਹਾਡੇ ਨਾਲ ਬੈਠਿਆ, ਜਿਹਨੇ ਪੁਲਿਸ ਵਾਲਾ ਮਰਵਾਇਆ ਉਹ ਤੁਹਾਡੇ ਨਾਲ ਬੈਠਿਆ, ਜਿਹਨੇ 3 ਪੰਜਾਬ ਦੀਆਂ ਨਾਗਰਿਕਾਂ ਮਰਵਾਈਆਂ ਉਹ ਤੁਹਾਡੇ ਨਾਲ ਬੈਠਿਆ, ਜਿਹਨੇ ਗੁੜ ਮੰਡੀ 'ਚ ਇਹ ਸਲਾਹ ਦਿੱਤੀ ਕਿ ਜੇ ਬਲਾਸਟ ਕਰਨਾ ਤਾਂ ਸਭ ਤੋਂ ਸੰਘਣੀ ਆਬਾਦੀ ਇਹ ਗੁੜ ਮੰਡੀ ਆ, ਉੱਥੇ ਬਲਾਸਟ ਕਰਿਓ, ਉੱਥੇ ਬੰਦੇ ਮਾਰੇ ਗਏ, ਉਹ ਸਲਾਹ ਦੇਣ ਵਾਲਾ ਨਾਲ ਬੈਠਿਆ। ਅਤੇ ਫਿਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜੀ ਪੁਲਿਸ ਵਾਲੇ ਮਾਰੇ ਗਏ, ਇਹ ਜਿਹੜਾ ਡਬਲ ਸਪੀਕ, ਦੋਗਲਾ ਮਾਪਦੰਡ ਅੱਜ ਜਿਹੜਾ ਕਾਂਗਰਸ ਦੇ ਮੁੱਖ ਮੰਤਰੀ ਸਾਹਿਬ ਦਾ ਵੇਖਣ ਨੂੰ ਮਿਲਿਆ ਕਿ ਕੋਈ ਆਮ ਸਧਾਰਨ ਨਾਗਰਿਕ ਇਹ ਗੱਲ ਦੀ ਆਸ ਰੱਖ ਸਕਦਾ ਕਿ ਉਹਨੂੰ ਇਨਸਾਫ ਮਿਲੂ? ਹੁਣ ਮੈਂ ਵੱਡੀ ਗੱਲ ਇਸ ਗੱਲ 'ਤੇ ਆ ਜਾ, ਦੇਖੋ ਕੱਲ੍ਹ ਬਲਵਿੰਦਰ ਸੇਖੋ ਨੂੰ ਇੱਕ ਪੜ੍ਹ ਕੇ ਜੀ ਉਹਦੇ ਖਿਲਾਫ਼ ਫਲਾਣਾ ਕੇਸ ਹੈ, ਢੀਂਗੜਾ ਕੇਸ ਹੈ। ਮੈਂ ਕਹਿੰਦਾ ਜੀ ਜੇ ਉਹਦੀ ਕੋਈ ਰੋਂਗ ਡੂਇੰਗ ਹੈ ਉੱਤੇ ਕਾਰਵਾਈ ਕਰ ਦਿਓ, ਮਗਰ ਉਹਨੂੰ ਇਨਕੁਆਇਰੀ ਮਾਰ ਕੀ ਨੇ ਕੀਤੀ ਸੀ? ਪਹਿਲਾਂ ਤਾਂ ਉਹਨੂੰ ਡਿਸਮਿਸ ਕਰਤਾ ਨਵਜੋਤ ਸਿੰਘ ਸਿੱਧੂ ਨੂੰ, ਹੁਣ ਉਹਦੇ ਇਨਕੁਆਇਰੀ ਜੀ ਨੇ ਕੀਤੀ, ਹੁਣ ਉਹਦੀ ਡਿਸਮਿਸਲ ਹੋ ਗਈ। ਇਹਦਾ ਤਾਂ ਬੜਾ ਸਾਫ਼ ਸੰਕੇਤ ਜਾ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋਣਾ ਕੀ ਹੈ। ਮਗਰ ਵੱਡੀ ਗੱਲ ਹੈ ਕਿ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਅਜੀਤ ਸਿੰਘ ਬੈਨ ਸਾਹਿਬ, ਹਿਊਮਨ ਰਾਈਟਸ ਦੇ ਬੜੇ ਮਾਹਰ ਮੰਨੇ ਜਾਂਦੇ ਆ, ਉਹਨਾਂ ਦੇ ਲੜਕੇ RS ਬੈਂਸ ਨੇ ਇਹ ਬਹਿ ਕੇ ਖੁਲਾਸੇ ਕੀਤੇ ਆ, ਔਰ ਉਹ ਖੁਲਾਸੇ ਹੈ ਕਿ ਵੇਖੋ ਇੱਕ ਜਗ੍ਹਾ ਕਹਿ ਦਿੱਤਾ ਇਹਨਾਂ ਨੇ ਕਿ ਜੀ ਬਰੀ ਹੋ ਗਿਆ। ਜਿਹੜਾ ਬਰੀ ਹੋਇਆ ਮੈਂ ਤੁਹਾਨੂੰ ਐਗਜੈਕਟਲੀ ਪੜ੍ਹ ਦੇਣਾ, ਉੱਥੇ ਮੈਨੂੰ ਪੜ੍ਹਨ ਨਹੀਂ ਦਿੱਤੀ ਗਈ। ਜਜਮੈਂਟ ਬਰੀ ਕਿਹੜੀ ਗੱਲੋਂ ਹੋਏ? ਬਰੀ ਇਸ ਲਈ ਨਹੀਂ ਹੋਏ ਕਿ ਪਰੂਫ ਨਹੀਂ ਸੀ, ਬਰੀ ਇਸ ਲਈ ਹੋ ਗਏ ਕਿ ਪਰੂਫ ਕੋਰਟ 'ਚ ਪੇਸ਼ ਹੀ ਨਹੀਂ ਹੋਣ ਦਿੱਤਾ ਟੈਕਨੀਕਲ ਗਰਾਊਂਡ 'ਤੇ, ਔਰ ਰਿਕਾਰਡਡ ਹੈ ਬਿਕੋਜ਼ ਸੈਵਰਲ ਓਪਰਚੁਨਿਟੀਜ਼ ਵਰ ਗ੍ਰਾਂਟਿਡ ਟੂ ਪ੍ਰੋਡਿਊਸ ਦ ਓਰਿਜਨਲ ਕਨਫੈਸ਼ਨਲ ਸਟੇਟਮੈਂਟਸ, ਨੋਟ ਈਵਨ ਐਨ ਆਇਓਟਾ ਅਟੈਂਪਟ ਵਾਸ ਮੇਡ ਬਾਈ ਦੀ ਇਨਵੈਸਟੀਗੇਟਿੰਗ ਆਫਿਸਰ ਟੂ ਟਰੇਸ ਆਊਟ ਦੀਸ ਕਨਫੈਸ਼ਨਲ ਸਟੇਟਮੈਂਟਸ। ਮਤਲਬ ਸਾਫ਼ ਰਿਕਾਰਡਡ ਹੈ ਕਿ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਪੁੱਛਿਆ ਗਿਆ, ਮਗਰ ਉਹ ਸਟੇਟਮੈਂਟਾਂ ਪੇਸ਼ ਹੀ ਨਹੀਂ ਕੀਤੀਆਂ ਗਈਆਂ, ਅਤੇ ਜੱਜ ਸਾਹਿਬ ਨੇ ਫਿਰ ਕੀ ਕਰ ਦੇਣਾ ਸੀਗਾ? ਔਰ ਵੱਡੀ ਗੱਲ ਸਟੇਟਮੈਂਟ ਦੇਖੋ ਕਿਹੜੀ ਹੈ, ਇਹਨਾਂ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਦੋਸ਼ ਕੀ ਹੈ? ਦੋ ਬੰਦਿਆਂ ਦੇ ਖਿਲਾਫ਼ ਵੱਡੇ ਸੰਗੀਨ ਦੋਸ਼ ਨੇ, ਦੋਵਾਂ ਦੀ ਕਨਫੈਸ਼ਨਲ ਸਟੇਟਮੈਂਟ ਹੈ। ਔਰ ਇਹ ਕਹਿੰਦੇ ਨਾ ਜੀ ਇੱਥੇ ਇੱਕ ਗੱਲ ਕਹਿਤੀ ਜੀ ਇਹਦੇ ਮਾੜੇ ਦੌਰ ਦੀ ਗੱਲ ਨਾ ਕਰੋ ਜੀ, ਇਹਨਾਂ ਦੇ ਮਾਪਿਆਂ ਨੂੰ ਮਾਰਿਆ ਗਿਆ। ਸੌਰੀ ਟੂ ਸੇ, ਮੈਂ ਠੀਕ ਹਰ ਬੰਦੇ ਨਾਲ ਮੈਂ ਹਮਦਰਦੀ ਰੱਖਦਾ ਜਿਹਦੇ ਪਰਿਵਾਰ ਨਾਲ ਧੱਕਾ ਹੋਇਆ, ਮਗਰ ਇਹਨਾਂ ਦੇ ਮਾਪਿਆਂ ਨੂੰ ਟੈਰਰਿਸਟਾਂ ਨੇ ਨਹੀਂ ਮਾਰਿਆ, ਉਹ ਆਪ ਕਬੂਲ ਰਿਹਾ ਕਿ ਸਾਡੀ ਪਰਿਵਾਰਕ ਲੜਾਈ 'ਚ ਆਪਦੇ ਤਾਏ ਨਾਲ ਬਦਲਾ ਲੈਣਾ ਚਾਹੁੰਦੇ ਸੀ, ਆਪਦੇ ਤਾਈ ਨੂੰ ਜ਼ਿੰਮੇਵਾਰ ਠਹਿਰਾਉਂਦੇ ਸੀ ਕਿ ਮੇਰੇ ਮਾਪਿਆਂ ਦੀ ਮੌਤ ਦਾ ਜ਼ਿੰਮੇਵਾਰ
ਮੇਰਾ ਤਾਇਆ ਇਹ ਗੱਲ ਉਹ ਕਬੂਲ ਰਹੇ ਉਸ ਕਨਫੈਸ਼ਨਲ ਸਟੇਟਮੈਂਟ 'ਤੇ, ਔਰ ਮੈਂ ਪਹਿਲੀ ਪੜ੍ਹਦਿਆਂ ਇਹ ਸਿਸਟਮ ਕੀ ਸੀ। ਇਹ ਸਟੇਟਮੈਂਟ ਕਿਸੇ ਇੰਸਪੈਕਟਰ ਅੱਗੇ ਨਹੀਂ ਹੋਈ, ਟਾਡਾ ਕੋਰਟ ਦੇ ਅੰਡਰ ਸੈਕਸ਼ਨ 15 ਕਿ 1992 ਦੀ ਗੱਲ ਕਰ ਰਿਹਾ, ਔਰ ਜਿਹੜੀ ਉਹਨਾਂ ਦੀ ਹਮਾਇਤ ਕਰ ਰਿਹਾ ਸਰ ਰਵਨੀਤ ਸਿੰਘ ਜੀ ਬਿੱਟੂ ਸਾਹਿਬ, ਉਹਨਾਂ ਦੀ ਮੈਂ ਸਮਝ ਸਕਦਾ ਮਜਬੂਰੀ ਕੀ ਹੈ, ਕਿਉਂਕਿ ਉਦੋਂ ਇਹਨਾਂ ਦੇ ਦਾਦਾ ਜੀ ਮੁੱਖ ਮੰਤਰੀ ਸਨ। ਮੈਨੂੰ ਲੱਗਦਾ ਉਸ ਵੇਲੇ ਵੀ ਇਹਨਾਂ ਨੇ ਕੋਈ ਪੁਸ਼ਤ ਪਨਾਈ ਕੀਤੀ ਹੈ, ਇਸ ਲਈ ਸਮਝਦੇ ਹੈ ਕਿ ਜੇ ਅੱਜ ਮੈਂ ਭਾਰਤ ਭੂਸ਼ਣ ਆਸ਼ੂ ਦੀ ਮਦਦ ਨਾਲ ਕੀਤੀ ਤਾਂ ਇਹਨੇ ਦੱਸ ਦੇਣਾ ਕਿ ਉਹ ਜਿਪਸੀਆਂ ਕਿਹਦੀਆਂ ਸੀ, ਇਹਨੇ ਦੱਸ ਦੇਣਾ ਕਿ ਬੰਦੇ ਕੌਣ ਲੈ ਕੇ ਜਾਂਦੇ ਸਨ, ਅਤੇ ਕਿਤੇ ਮੇਰੇ 'ਤੇ ਨਾ ਗੱਲ ਆ ਜੇ ਤਦੇ ਉਹ ਮਜਬੂਰੀ ਬਸ ਮਦਦ ਕਰ ਰਹੇ। ਇਹਦੇ 'ਚ ਇੱਕ ਲਿਖਿਆ ਕੀ ਹੈ, ਅੱਜ ਮੈਂ ਆਪਣੇ ਦਫ਼ਤਰ ਮੌਜੂਦ ਸੀ ਤਾਂ ਇਹ ਮੈਂ ਕਨਫੈਸ਼ਨਲ ਸਟੇਟਮੈਂਟ ਦਾ ਬੈਕਗਰਾਊਂਡ ਦੱਸ ਰਿਹਾ ਕਿ ਕੀ। ਅੱਜ ਮੈਂ ਪੰਡਿਤ ਵਾਸੀ ਪੰਜਾਬ ਮਾਡਲ ਗ੍ਰਾਮ ਲੁਧਿਆਣਾ ਜੋ ਕਿ ਮੁਕੱਦਮਾ ਨੰਬਰ 50 ਮਿਤੀ 5/5/1992 ਧਾਰਾ ਅਧੀਨ 212-216 ਟਾਡਾ ਦੇ 3/4/3/4 ਥਾਣਾ ਸਰਾਭਾ ਨਗਰ ਲੁਧਿਆਣਾ ਜੋ ਨੂੰ ਜੇਲ੍ਹ ਹਿਰਾਸਤ ਲਿਆ ਕੇ ਮੇਰੇ ਪੇਸ਼ ਕੀਤਾ, ਜਿਸ ਦੀ ਹੱਥਕੜੀ ਖੋਲ੍ਹੀ ਗਈ ਅਤੇ ਪੁਲਿਸ ਮੁਲਾਜ਼ਮ ਨੂੰ ਬਾਹਰ ਭੇਜਿਆ ਗਿਆ, ਅਤੇ ਦੋਸ਼ੀ ਨੇ ਉਕਤ ਨੇ ਮੈਨੂੰ ਦੱਸਿਆ ਕਿ ਉਹ ਆਪਣਾ ਇਕਬਾਲੀਆ ਬਿਆਨ ਦੇਣਾ ਚਾਹੁੰਦਾ ਹੈ, ਜਿਸ ਨੂੰ ਮੈਂ ਸਮਝਿਆ ਕਿ ਉਸ ਲਈ ਇਕਬਾਲੀਆ ਬਿਆਨ ਦੇਣੇ ਜ਼ਰੂਰੀ ਨਹੀਂ ਹੈ, ਅਤੇ ਜੇਕਰ ਉਹ ਇਹ ਜਿਹਾ ਬਿਆਨ ਦੇਵੇਗਾ ਅਤੇ ਉਹ ਬਿਆਨ ਉਸ ਦੇ ਖਿਲਾਫ਼ ਬਤੌਰ ਸ਼ਹਾਦਤ ਪੇਸ਼ ਕੀਤੇ ਜਾ ਸਕਦੇ ਹਾਂ, ਜਿਸ ਨੂੰ 5 ਮਿੰਟ ਦਾ ਸਮਾਂ ਸੋਚਣ ਲਈ ਦਿੱਤਾ ਗਿਆ। ਉਹਨੂੰ ਸੋਚਣ ਲਈ ਦਿੱਤਾ ਗਿਆ ਕਿ ਇਹ ਜੇ ਤੂੰ ਬਿਆਨ ਦੇਗਾ ਇਹ ਤੇਰੇ ਖਿਲਾਫ਼ ਵਰਤੇ ਜਾਣਗੇ। ਸਵਾਲ, 5 ਮਿੰਟ ਬਾਅਦ ਦੋਸਤ ਸਵਾਲ ਕੀ ਬਿਆਨ ਕਿਸੇ ਡਰ ਜਾਂ ਮਜਬੂਰੀ ਹੇਠ ਦੇ ਰਹੇ ਹੋ? ਜਵਾਬ, ਮੈਂ ਆਪਣੀ ਖੁਸ਼ੀ ਨਾਲ ਕਿਸੇ ਡਰ ਜਾਂ ਮਜਬੂਰੀ ਤੋਂ ਬਿਨਾਂ ਆਪਣਾ ਇਕਬਾਲੀਆ ਬਿਆਨ ਦੇਣਾ ਚਾਹੁੰਦਾ ਹਾਂ। ਸਾਈਨਡ, ਭਾਰਤ ਭੂਸ਼ਣ ਆਸ਼ੂ। ਅਗਲਾ ਸਵਾਲ, ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਇਕਬਾਲੀਆ ਬਿਆਨ ਦਿੱਤਾ ਤਾਂ ਆਪ ਦੇ ਖਿਲਾਫ਼ ਬਤੌਰ ਸ਼ਹਾਦਤ ਪੇਸ਼? ਮੈਂ ਸਾਰੀ ਗੱਲ ਸਮਝਦਾ। ਸਾਈਨ, ਭਾਰਤ ਭੂਸ਼ਣ ਆਸ਼ੂ। ਦੇਖੋ, ਜਿਹੜੀ ਗੱਲ ਮੈਂ ਕਹੀ ਹੈ ਕਿ ਇਹਨਾਂ 'ਤੇ ਇਲਜ਼ਾਮ ਕੀ ਨੇ, ਇਲਜ਼ਾਮ ਹੈ ਕਨਫੈਸ਼ਨਲ ਸਟੇਟਮੈਂਟ, ਇੱਕ ਚੀਫ ਕਾਂਸਪੀਰੇਟਰ ਦੀ ਭੂਮਿਕਾ, ਇੱਕ ਫਾਈਨੈਂਸਰ ਦੀ ਭੂਮਿਕਾ, ਇੱਕ ਕਹਿ ਰਹੀ ਨਾਲ ਹੀ ਬੰਬ ਬਣਾਉਣ ਦੀ ਵਾਸਤੇ ਆਪਦੀ ਜਗ੍ਹਾ ਦੇਣੀ, ਉਹਦੀ ਮਦਦ ਕਰਨੀ, ਟੈਰਰਿਸਟਾਂ ਨੂੰ ਆਪਦੇ ਨਾਲ ਰੱਖਣਾ, ਔਰ ਮੁੜ ਕੇ ਸਲਾਹ ਦੇਣੀ ਕਿ ਗੁਰਮੰਡੇ ਕਿੱਥੇ ਬਣਾਉਣਾ, ਔਰ ਇਸ ਗੱਲ ਦੀ ਤਾਈਦ ਕੀਤੀ। ਇੱਕ ਹੋਰ ਭਰਾ ਹੈ, ਉਹਦਾ ਨਾਂ ਨਰਿੰਦਰ ਸਿੰਘ ਕਾਲਾ, ਜਿਹੜੇ ਵਾਰਡ ਨੰਬਰ 66 ਤੋਂ ਅੱਜ ਸਿਟਿੰਗ ਕਾਊਂਸਲਰ ਨੇ ਕਾਂਗਰਸ ਪਾਰਟੀ ਦੇ, ਉਹਨਾਂ ਦੇ ਇੱਕ ਵੱਖਰੇ ਇਕਬਾਲੀਆ ਬਿਆਨ ਨੇ ਜਿਹੜੀ ਇਹ ਸਾਰੀ ਗੱਲ ਨੂੰ ਤਾਈਦ ਅਤੇ ਪੁਸ਼ਟੀ ਕਰਦੇ ਆ। ਔਰ ਸਾਡਾ ਅੱਜ ਬੜਾ ਸਿੰਪਲ ਇਹ ਗੱਲ ਰਹੀ ਕਿ ਇਕਬਾਲੀਆ ਬਿਆਨ ਭਾਰਤ ਭੂਸ਼ਣ ਆਸ਼ੂ ਜੀ ਦੇ ਅਤੇ ਜਾਂ ਇਹਦੇ ਭਰਾ ਦੇ, ਜਿਹ 'ਚ ਸਾਰੀਆਂ ਗੱਲਾਂ ਅਸੀਂ ਕਰ ਰਹੇ ਹਾਂ ਵੀ ਕੰਮ ਬਣਾਉਣ ਦੀ ਸਲਾਹ ਦਿੱਤੀ, ਰੋਟੀ ਪਾਣੀ ਵੀ ਖਵਾਇਆ,
ਉਹਨਾਂ ਨੂੰ ਇਹ ਵੀ ਦੱਸਿਆ ਕਿ ਕਿੱਥੇ ਕਿੱਥੇ ਜਾ ਕੇ ਕਾਰਵਾਈ ਕਰਨੀ ਹੈ ਅਤੇ ਤੁਸੀਂ ਇਹ ਤਿੰਨ ਕੇਸ ਰਹਿੰਦੇ ਆ। ਔਰ ਜਬ ਹਮਨੇ ਇਸ ਬਾਰੇ ਮੇਂ ਭਾਰਤ ਭੂਸ਼ਣ ਆਸ਼ੂ ਜੀ ਸੇ ਕੰਟੈਕਟ ਕਰਨੇ ਕੀ ਕੋਸ਼ਿਸ਼ ਕੀ, ਉਨਕਾ ਫੋਨ ਸੇ ਸਾਥ ਕੋਈ ਕੰਟੈਕਟ ਨਹੀਂ ਹੋ ਸਕਾ, ਲੇਕਿਨ ਫਿਰ ਵੀ ਹਮਾਰੀ ਕੋਸ਼ਿਸ਼ ਯੇ ਹੋਗੀ ਆਨੇ ਵਾਲੇ ਦਿਨੋਂ ਮੇਂ ਕਿ ਵੋ ਇਨ ਆਰੋਪੋਂ ਕੋ ਕਿਸ ਦ੍ਰਿਸ਼ਟੀ ਸੇ ਦੇਖਤੇ ਹੈ, ਯੇ ਵੀ ਆਪਣੇ ਦਰਸ਼ਕੋਂ ਕੋ ਬਹੁਤ ਜਲਦੀ ਬਤਾਏਂਗੇ। ਤਾਜ਼ਾ ਅਪਡੇਟਸ ਕੇ ਲੀਏ ਅਰਥ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਕੋ ਪ੍ਰੈਸ ਕਰੇਂ।